वाहिगुरु जी का खालसा, श्री वाहिगुरु जी की फतेह। सत श्री अकाल। अगला ट्यूटोरियल है जी, 10 चंदू पापी आ। इसकी कंपोजिशन तैयार की है भाई गुरप्रीत सिंह जी बलारवाल जलंधर वाले। सो इस धार्मिक गीत को श्री गुरु अर्जन देव जी के शहीदी पुरब लई भेटा है जी। सो यूट्यूब पर एक गुरु प्यारे ने उन्होंने रिक्वेस्ट की थी, पर अचानक उन्होंने नाम नहीं दिस रहे थे। सो परमेश्वर जाने जान है। सो उन्होंने कृपा नाल यह शब्द अपलोड हो रहा है। सो आओ देवागे सत सिंह जी वाहिगुरु जी। सो पहले इसको गायन करके देखांगे, हर एक पार्ट वाइज पार्ट, फिर उस दिन सुरां देखांगे नाल नाल। दस चंग पापिया क्यों जुलम कमाया है, सुन देख ले। दस चंदू पापिया, दस चंदू पापिया क्यों जुल्म कमाया है, रब दे स्वरूप नो क्यों तवी ते बिठाया है। इसी हम सुना देख दें। रब दे स्वरूप नो क्यों, स्वरूप नो क्यों तवी ते बिठाया रे। सो इसनों आप दो दो बारी पढ़ना है, आप एक बार वीडियो देख लेना जी। सो आखिर फिर इसनों बोलना, दस चंद पापिया, दस चंद पापिया, थोड़ा म्यूजिक पीस भी आप देख लो। इसमें आराम ना देखो, ठीक है जी। फिर दोबारा इसमें देख लो, पाई है।
ਕਾਰੀਆਂ ਤੇ ਕਹਿਰ ਕਿਉਂ ਤਾਇਆ ਏ, ਕਹਿਰ ਕਿਉਂ ਤਾਇਆ ਏ। ਸੁਰਾ ਦੇਖ ਲੈਣਾ, ਪਰ ਉਪਕਾਰੀਆਂ ਤੇ, ਪਰ ਉਪਕਾਰੀਆਂ ਤੇ ਕਹਿਰ ਕਿਉਂ, ਕਹਿਰ ਕਿਉਂ ਟਾਇਆ ਏ। ਦਸ ਚੰਦ ਪਾਪਿਆ, ਫਿਰ ਇਸ ਤੋਂ ਬਾਅਦ ਸਥਾਈ ਸ਼ੁਰੂ ਹੁੰਦੀ ਹੈ ਜੀ। ਫਿਰ ਦੁਬਾਰਾ ਇਸ ਤਰ੍ਹਾਂ ਅਗਲੀਆਂ ਸਾਰੀਆਂ ਜੋ ਵੀ ਇਸ ਦੀਆਂ ਪੰਕਤੀਆਂ ਹਨ ਉਹ ਸੇਮ ਹੀ ਸੁਰਾਂ 'ਤੇ ਆ ਜਾਣੀਆਂ ਹਨ। ਕੋਈ ਦਿੱਕਤ ਆਵੇ ਤਾਂ ਆਪ ਕਮੈਂਟ ਕਰ ਦੇਣਾ ਸਾਧ ਸੰਗਤ ਜੀ। ਔਰ ਆਪ ਸਾਹਿਬ ਸਾਧ ਸੰਗਤ ਜੀ ਦਾ ਬਹੁਤ ਬਹੁਤ ਕੋਟੀ ਕੋਟੀ ਧੰਨਵਾਦ ਜੋ ਆਪ ਜੀ ਦੇ ਸੁਜੈਸ਼ਨ, ਜੋ ਵੀ ਆਪ ਸੁਝਾਉ ਦੇ ਰਹੇ ਹੈ ਉਸ ਮੁਤਾਬਿਕ ਦਾਸ ਚੱਲਦਾ ਜਾ ਰਿਹਾ ਹੈ ਅਤੇ ਇਸ ਵਿੱਚ ਕਾਫੀ ਵਾਧਾ ਹੋ ਰਿਹਾ ਹੈ ਕਿਉਂਕਿ ਸਾਧ ਸੰਗਤ ਨੂੰ ਵੀ ਪਸੰਦ ਆ ਰਿਹਾ ਹੈ ਸਭ, ਅਤੇ ਕਮੈਂਟਸ ਤੋਂ ਕਾਫੀ ਪਤਾ ਲੱਗਦਾ ਹੈ ਕਿ ਸੰਗਤ ਖੁਸ਼ ਹੈ। ਇਹ ਸਭ ਦਾਸ ਦਾ ਤਾਂ ਇਸ ਵਿੱਚ ਕੋਈ ਯੋਗਦਾਨ ਨਹੀਂ ਹੈ, ਸਾਧ ਸੰਗਤ ਜੀ ਜੋ ਵੀ ਹੈ ਸਾਧ ਸੰਗਤ ਹੀ ਬਹੁਤ ਗਾਈਡ ਕਰ ਰਹੀ ਹੈ ਕਿ ਕਿਸ ਤਰ੍ਹਾਂ ਦੀ ਪ੍ਰੋਡਕਟ ਉਹਨਾਂ ਨੂੰ ਚਾਹੀਦਾ ਹੈ, ਕਿਸ ਤਰ੍ਹਾਂ ਦਾ ਉਹਨਾਂ ਨੂੰ ਟਿਊਟੋਰੀਅਲ ਦੀ ਜ਼ਰੂਰਤ ਹੈ ਜਿਸ ਨਾਲ ਆਸਾਨੀ ਹੁੰਦੀ ਹੈ। ਜਿਸ ਪਹਿਲੇ ਇੱਕ ਗੁਰੂ ਪਿਆਰੇ ਉਹਨਾਂ ਨੇ ਦੱਸਿਆ ਸੀਗਾ ਕਿ ਇਤਨਾ ਹੀ ਸਕੇਲ 'ਤੇ ਆਪ ਰੱਖੋ ਤਾਂ ਕਿ ਸਾਰਿਆਂ ਨੂੰ ਗਾਉਣ ਲਈ ਆਸਾਨੀ ਹੁੰਦੀ ਹੈ। ਸੋ ਅਸੀਂ ਹੁਣ ਗਾ ਕੋਮਲ ਤਾਰ ਸਪਤਕ ਵਿੱਚ ਕੋਸ਼ਿਸ਼ ਕਰੀਦੀ ਕਿ ਉੱਥੇ ਹੀ ਸਮਾਪਤੀ ਹੋ ਜਾਵੇ, ਉਸ ਤੋਂ ਉੱਪਰ ਨਾ ਜਾਵੇ। ਤੋ ਇਸ ਤਰ੍ਹਾਂ ਬਹੁਤ ਸਾਰੀਆਂ ਸੁਜੈਸ਼ਨਸ ਹੁੰਦੀਆਂ ਹਨ ਅਤੇ ਜਿੱਥੇ ਵੀ ਸਾਧ ਸਿੰਘ ਜੀ ਆਪ ਨੂੰ ਕੋਈ ਗਲਤੀ ਵੀ ਲੱਗੇ ਤਾਂ ਆਪ ਜ਼ਰੂਰ ਦੱਸਣਾ। ਜਿਸ ਤਰ੍ਹਾਂ ਇੱਕ ਗੁਰੂ ਪਿਆਰੇ ਜੀ ਨੇ ਉਹਨਾਂ ਨੇ ਕੁਛ ਸੁਖਮਨੀ ਸਾਹਿਬ ਜੀ ਦਾ ਇੱਕ ਜਗ੍ਹਾ 'ਤੇ ਬੋਲਣ ਵਿੱਚ ਅਸ਼ਟਪਦੀ ਗਲਤ ਬੋਲੀ ਗਈ ਸੀ ਦਾਸ ਕੋਲ, ਤਾਂ ਉਹਨਾਂ ਨੇ ਦੱਸਿਆ ਅਤੇ ਬਹੁਤ ਹੀ ਅੱਛੀ ਗੱਲ ਹੈ ਕਿਉਂਕਿ ਇਸ ਤਰ੍ਹਾਂ ਦਾਸ ਨੂੰ ਗਲਤੀਆਂ ਪਤਾ ਲੱਗਦੀਆਂ ਹਨ ਤਾਂ ਇਨ ਫਿਊਚਰ ਵਿੱਚ ਜੋ ਵੀ ਵੀਡੀਓ ਬਣਦੀ ਹੈ ਤਾਂ ਮਨ ਵਿੱਚ ਇੱਕ ਪਹਿਰੇਦਾਰ ਵਾਂਗੂ ਉਹ ਪੁਆਇੰਟ ਖੜਾ ਹੋ ਜਾਂਦਾ ਹੈ ਕਿ ਇੱਥੇ ਥੋੜ੍ਹਾ ਜਿਹਾ ਖਿਆਲ ਰੱਖਣਾ ਹੈ। ਸੋ ਆਪ ਨੂੰ ਜੋ ਵੀ ਪੁਆਇੰਟਸ ਨੈਗੇਟਿਵ ਲੱਗਣ ਤਾਂ ਵੀ ਦੱਸਣਾ, ਕਿਉਂਕਿ ਇਸ ਨਾਲ ਕੋਈ ਦਾਸ ਨੂੰ ਇਸ ਤਰ੍ਹਾਂ ਨਹੀਂ ਹੈ ਕਿ ਉਹ ਬੁਰਾ ਲੱਗੇਗਾ। ਉਹ ਜੇ ਤਾਂ ਅੱਗੇ ਵਧਣਾ ਹੈ, ਅੱਛਾ ਕੰਮ ਕਰਨਾ ਹੈ ਤਾਂ ਉਸ ਵਿੱਚ ਸਾਨੂੰ ਆਪਣਾ ਜੋ ਵੀ ਨੈਗੇਟਿਵਿਟੀ ਹੈ ਉਸਦਾ ਪਤਾ ਲੱਗਣਾ ਬਹੁਤ ਜ਼ਰੂਰੀ ਹੈ ਤਾਂ ਕਿ ਜੋ ਵੀ ਅਸੀਂ ਉਸਨੂੰ ਕਿਸ ਨਾਲ ਸੁਧਾਰ ਸਕੀਏ, ਨਹੀਂ ਤਾਂ ਫਿਰ ਜੋ ਹੈ ਉਹੀ ਚੱਲਦਾ ਰਹੇਗਾ ਤਾਂ ਉਹ ਥੋੜ੍ਹਾ ਜਿਹਾ ਗਲਤ ਹੈ ਅਤੇ ਸੁਧਾਰ ਹੋਣਾ ਬਹੁਤ ਅੱਛੀ ਗੱਲ ਹੈ। ਤੋ ਇਹ ਸਭ ਆਪ ਕਿਰਪਾ ਕਰਦੇ ਰਹਿਣਾ ਸਾਧ ਸੰਗਤ ਜੀ। ਸੋ ਦਿਓ ਸੱਜਣ ਅਸੀਸੜੀ ਜੋ ਹੈ ਸਾਹਿਬ ਸਿਓ ਮੇਹਰ, ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।